ਤੇ ਲੁਧਿਆਣੇ ਦਾ ਹਾਲ ਇਹ ਹੈ ਵੀ ਸਾਡੀਆਂ ਫੈਕਟਰੀਆਂ ਜਿੰਨਾ ਪਾਣੀ ਆ ਤੇ ਸੀਵਰ ਦਾ ਪਾਣੀ ਆ ਉਹ ਗਰਾਊਂਡ ਵਾਟਰ ਦੇ ਵਿੱਚ ਜਿਹੜਾ ਉਹ ਪਾ ਦਿੰਦੇ ਆ ਉਹ ਸਾਡੇ ਪੀਐਸਸੀ ਦੇ ਮੈਂਬਰਾਂ ਦੇ ਤੌਰ ਤੇ ਅਸੀਂ ਜਾ ਕੇ ਉੱਥੇ ਦੇਖਿਆ ਵੀ ਆ ਫੜੀਆਂ ਵੀ ਆ ਪਰ ਇਹ ਆ ਵੀ ਅਸੀਂ ਉਸ ਲੜਾਈ ਨੂੰ ਲੜਤਾ ਰਹੇ ਹੁੰਨੇ ਆ ਬਟ ਕਦੇ ਵੀ ਐ ਨਹੀਂ ਦੇਖਿਆ ਵੀ ਜਿਹੜਾ ਬੰਦਾ ਐਡਾ ਘਾਣ ਕਰਦਾ ਇੱਕ ਬੋਰਵੈਲ 10 ਕਿਲੋਮੀਟਰ ਦੇ ਪਾਣੀ ਨੂੰ ਗੰਦਾ ਕਰ ਸਕਦਾ ਤੇ ਸਾਡੇ 2-250 ਬੋਰਵੈਲ ਗੰਦੇ ਪਾਣੀ ਦੇ ਲੁਧਿਆਣੇ ਹੋਣਗੇ ਪਰ ਕਦੇ ਨਾ ਤਾਂ ਕਿਸੇ ਤੇ ਕੋਈ ਪਰਚਾ ਦਰਜ ਹੁੰਦਾ ਨਾ ਕਿਸੇ ਨੂੰ ਕੋਈ ਸਜ਼ਾ ਹੁੰਦੀ ਪੰਜਾਬ ਦੇ ਵਿੱਚ 3% ਜੰਗਲ ਬਚਿਆ ਉਹਦੇ ਚੋਂ ਇੱਕ ਬਹੁਤ ਮੱਤੇਵਾੜੇ ਦਾ ਜਿਹੜਾ ਜੰਗਲ ਆ ਮੈਨੂੰ ਲੱਗਦਾ ਆਪਣੇ ਆਪ ਦਾ 400 ਏਕੜ ਦੇ ਵਿੱਚ ਉਹ ਇੱਕੋ ਇੱਕ ਅਜਿਹਾ ਜੰਗਲ ਹੋਊਗਾ ਜਿਹੜਾ ਸਾਡੇ ਕੋਲੋਂ ਬਚਿਆ ਹੋਇਆ ਜੰਗਲ ਆ ਉਹ ਪੂਰੇ ਦੇ ਪੂਰੇ ਜੰਗਲ ਜਿਹੜੇ ਤਿੰਨ ਜੰਗਲ ਆ ਉਹਨਾਂ ਦੇ ਵਿੱਚ ਕੋਈ 1000 ਏਕੜ ਦੀ ਜ਼ਮੀਨ ਇਹਨਾਂ ਨੇ ਸਿੱਧੀ ਇੰਡਸਟਰੀ ਨੂੰ ਟਰਾਂਸਫਰ ਕਰਨ ਦੀ ਇਸ ਵੇਲੇ ਮੁਹਿੰਮ ਜਿਹੜੀ ਆ ਉਹ ਚਲਾ ਦਿੱਤੀ ਉਹਦੇ ਪੰਜਾਬ ਸਰਕਾਰ ਜਿਹਨੂੰ ਕਿ ਪੰਜਾਬ ਦੇ ਹਿੱਤਾਂ ਦੀ ਇਸ ਵੇਲੇ ਰਾਖੀ ਕਰਨ ਲਈ ਮੂਰੇ ਆਉਣਾ ਚਾਹੀਦਾ ਇਹ ਆਪ ਉਸੇ ਤਰੀਕੇ ਨਾਲ ਲੱਗੇ ਹੋਏ ਫਰਕ ਸਿਰਫ ਇੰਨਾ ਵੀ ਜਿਹੜੇ ਦਿੱਲੀ ਦੇ ਕਾਨੂੰਨ ਆਏ ਐ ਉਹਦੇ ਵਿੱਚ ਸਾਡੀਆਂ ਜ਼ਮੀਨਾਂ ਜਿਹੜੀਆਂ ਆ ਉਹਦੇ ਵਿੱਚ ਸ਼ਾਇਦ ਕੰਟਰੈਕਚੁਅਲ ਫਾਰਮਿੰਗ ਲਈ ਜਾਣਗੀਆਂ ਤੇ ਜਿਹੜੇ ਪੰਜਾਬ ਸਰਕਾਰ ਦੇ ਹਮਲੇ ਆ ਉਹਦੇ ਵਿੱਚ ਪੱਕੇ ਤੌਰ ਤੇ ਫ੍ਰੀ ਹੋਲਡ ਜਿਹੜੀਆਂ ਸਾਡੀਆਂ ਚਾਹੇ ਸ਼ਾਮਲਾਟਾਂ ਆ ਪਿੰਡਾਂ ਦੀਆਂ ਜ਼ਮੀਨਾਂ ਜਾਂ ਸਾਡੀ ਪੰਜਾਬ ਦੇ ਕਿਸਾਨ ਦੀ ਮਾਲਕੀ ਦੀਆਂ ਜ਼ਮੀਨਾਂ ਆ ਪੱਕੇ ਤੌਰ ਤੇ ਪੰਜਾਬ ਵਿਰੋਧੀ ਲੋਕ ਜਿਹੜੇ ਪਹਿਲਾਂ ਹੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਬਹੁਤ ਜ਼ਿਆਦਾ ਘਾਣ ਕੀਤਾ ਆ ਉਹਨਾਂ ਦੇ ਹੱਥ ਵਿੱਚ ਜਾਣ ਦੀ ਜਿਹੜੀ ਆ ਤਿਆਰੀ ਜਿਹੜੀ ਆ ਸ਼ੁਰੂ ਹੋ ਗਈ ਆ ਸਾਡੇ ਲੁਧਿਆਣੇ ਦੇ ਅੱਤਵਾਦੀ ਉਹਨ ਰੰਗਣੇ ਇਹ ਕੈਮੀਕਲ ਨਾਲ ਰੰਗਣ ਵਾਲੇ ਅਸੀਂ ਇਹ ਇੰਡਸਟਰੀ ਦੇ ਖਿਲਾਫ ਨਹੀਂ ਬਟ ਜੇ ਕੋਈ ਬੰਦਾ ਇਹ ਇੰਡਸਟਰੀ ਲਾ ਕੇ ਸਾਡੇ ਪੀਣ ਵਾਲੇ ਪਾਣੀ ਨੂੰ ਦਰਿਆਈ ਪਾਣੀ ਨੂੰ ਨਹਿਰੀ ਪਾਣੀ ਨੂੰ ਛੱਪੜਾਂ ਦੇ ਪਾਣੀ ਨੂੰ ਕੈਮੀਕਲ ਨਾਲ ਭਰ ਦਿੰਦਾ ਤੇ ਉਹਦੇ ਨਾਲ ਹਜ਼ਾਰਾਂ ਲੋਕਾਂ ਦਾ ਘਾਣ ਹੁੰਦਾ ਆ ਤੇ ਉਹ ਵਤਵਾਦ ਨਹੀਂ ਤੇ ਉਹ ਕੀ ਆ ਉਹ ਔਰ ਜਿਹੜੀ ਨੌਕਰੀ ਆ ਉਹ ਸਾਡੇ ਪੰਜਾਬੀ ਨੂੰ ਤਾਂ ਲੁਧਿਆਣੇ ਅੱਗੇ ਵੀ ਨਹੀਂ ਮਿਲਦੀ ਜਦੋਂ ਕੋਈ ਆਪਣਾ ਬੰਦਾ ਐਡਰੈਸ ਦਿੰਦਾ ਉਹਨੂੰ ਉੱਥੋਂ ਹੀ ਨਾ ਕਰ ਦਿੰਦੇ ਆ ਔਰ ਇੱਕ ਗੱਲ ਕਰਦੇ ਵੀ ਪਹਿਲਾਂ ਜਿਹੜੀ ਇੰਡਸਟਰੀ ਉਹਦਾ ਬੜਾ ਫਾਇਦਾ ਹੋਊਗਾ ਇਹਨਾਂ ਕੋਲ ਅਸੀਂ ਜਦੋਂ ਡਾਟਾ ਮੰਗਿਆ ਵੀ ਕਿੰਨੇ ਕੁ ਪੰਜਾਬ ਦੇ ਬੰਦਿਆਂ ਨੂੰ ਪਹਿਲਾਂ ਲੁਧਿਆਣੇ ਦੀਆਂ ਫੈਕਟਰੀਆਂ ਵਿੱਚ ਨੌਕਰੀ ਮਿਲੀ ਹੈ ਸਾਡੇ ਕੋਲ ਇਹਦਾ ਸਰਕਾਰਾਂ ਕੋਲ ਉਹਦਾ ਵੀ ਕੋਈ ਰਿਕਾਰਡ ਹੈ ਨਹੀਂ ਮੇਰੇ ਨਾਲ ਸੱਜੇ ਪਾਸੇ ਸਰਦਾਰ ਕੁਲਦੀਪ ਸਿੰਘ ਖੈਰਾ ਜੀ ਮੇਰਾ ਨਾਮ ਅਮਨਦੀਪ ਸਿੰਘ ਬੈਂਚ ਤੇ ਮੇਰੇ ਖੱਬੇ ਪਾਸੇ ਸਰਦਾਰ ਜਸਕੀਰਤ ਸਿੰਘ ਜੀ ਕੱਲ ਸਾਨੂੰ ਪਤਾ ਲੱਗਿਆ ਵੀ ਅਸੀਂ ਇੱਥੇ ਜਾ ਕੇ ਬੋਲਣਾ ਆ ਤੇ ਬੋਲਣ ਦਾ ਕੋਈ ਜ਼ਿਆਦਾ ਤਜਰਬਾ ਨਹੀਂ ਆ ਪਰ ਇਹ ਗੱਲ ਜ਼ਰੂਰ ਸੀ ਵੀ ਆਪਣੇ ਦਿਲ ਦੀ ਗੱਲ ਜਿਹੜੀ ਆ ਇਸ ਮੋਰਚੇ ਦੇ ਨਾਲ ਜਿਹੜਾ ਸਾਡਾ ਸਾਰਿਆਂ ਦਾ ਸਾਂਝਾ ਮੋਰਚਾ ਉਹਦੇ ਵਿੱਚ ਜੇ ਅਸੀਂ ਜਾ ਕੇ ਸਾਂਝੀ ਜ਼ਰੂਰ ਕਰੀਏ ਸੋ ਕੋਸ਼ਿਸ਼ ਕਰੂੰਗਾ ਕਿ ਜੋ ਜਿਹਦੇ ਜਿਸ ਕਿਸਾਨੀ ਦੇ ਆ ਮਾੜੇ ਦੌਰ ਦੇ ਵਿੱਚੋਂ ਅਸੀਂ ਪਹਿਲਾਂ ਹੀ ਲੰਘਦੇ ਪਏ ਆ ਔਰ ਉਹਦੇ ਤੇ ਲਗਾਤਾਰ ਹਮਲੇ ਤੇ ਪਹਿਲਾਂ ਹੀ ਹੁੰਦੇ ਪਏ ਆ ਸਾਡੇ ਦੋ ਕਿਸਾਨ ਸਾਥੀ ਐਵਰੇਜ ਅਸੀਂ ਰੋਜ਼ ਗਵਾ ਲੈਨੇ ਆ ਇੰਨੀਆਂ ਪ੍ਰੋਬਲਮ ਦੇ ਬਾਵਜੂਦ ਜਦੋਂ ਕੁਦਰਤੀ ਕਰੋਪੀ ਆਈ ਕਹਿੰਦੇ ਜਦੋਂ ਕੁਦਰਤੀ ਕਰੋਪੀ ਆਉਂਦੀ ਆ ਉਦੋਂ ਮਾੜੀਆਂ ਸਰਕਾਰਾਂ ਆਪਣੇ ਜਿਹੜੇ ਮਨਸੂਬੇ ਆ ਉਹਨਾਂ ਨੂੰ ਕਾਮਯਾਬ ਕਰਨ ਵਿੱਚ ਲੱਗ ਜਾਂਦੀਆਂ ਅਜਿਹਾ ਬਾਕੀ ਮੁਲਕ ਵੀ ਕਰਦੇ ਹੁੰਦੇ ਆ ਜਿਵੇਂ ਗਵਾਂਡੀ ਮੁਲਕ ਨੇ ਸਰਹੱਦਾਂ ਤੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਉਸੇ ਤਰ੍ਹਾਂ ਭਾਰਤ ਦੀ ਸਰਕਾਰ ਨੇ ਆਪਣੇ ਹੀ ਅੰਦਰ ਆਪਣੇ ਹੀ ਲੋਕਾਂ ਦੇ ਉੱਤੇ ਆਪਣੇ ਤਰੀਕੇ ਦੇ ਨਾਲ ਹਮਲੇ ਜਿਹੜੇ ਆ ਤੇਜ਼ ਕਰ ਦਿੱਤੇ ਔਰ ਇਹ ਹਮਲੇ ਸਾਡੇ ਉੱਤੇ ਦਿੱਲੀੋਂ ਦੇ ਨਾਲ-ਨਾਲ ਕਦੇ ਦਿੱਲੀੋਂ ਤੇ ਚੰਡੀਗੜੋਂ ਕਹਿਣ ਦਾ ਮਤਲਬ ਜਿਵੇਂ ਭੈਣਜੀ ਉਹਨਾਂ ਨੇ ਪਹਿਲਾਂ ਕਿਹਾ ਵੀ ਜਿਹੜੀ ਸਾਡੀ ਪੋਲੀਟਿਕਲ ਕਲਾਸ ਆ ਉਹਨੂੰ ਕਿਸੇ ਚੀਜ਼ ਨਾਲ ਤੇ ਨਹੀਂ ਕਿਸੇ ਚੀਜ਼ ਨਾਲ ਪਿਆਰ ਨਹੀਂ ਉਹਨਾਂ ਨੂੰ ਸਾਡੀ ਜ਼ਿੰਦਗੀਆਂ ਦੇ ਨਾਲ ਤੇ ਨਹੀਂ ਉਹ ਸਾਡੀਆਂ ਜ਼ਿੰਦਗੀਆਂ ਉਹਨਾਂ ਦੇ ਲਈ ਇੱਕ ਸਟੈਟਿਸਟਿਕਸ ਜਿਹੜੇ ਆ ਉਹ ਬਣ ਕੇ ਰਹਿ ਗਏ ਆ ਸੋ ਇਸੇ ਤਰੀਕੇ ਦੇ ਨਾਲ ਗੱਲ ਨੂੰ ਅੱਗੇ ਵਧਾਉਂਦੇ ਹੋਏ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਵੇਂ ਦਿੱਲੀ ਦੀ ਸਰਕਾਰ ਨੇ ਇਹ ਕਾਨੂੰਨ ਜਿਹੜੇ ਸਾਡੇ ਤੇ ਸਾਡੀ ਹੋਂਦ ਦੀ ਲੜਾਈ ਸਾਡੇ ਮੂਰੇ ਲਿਆ ਕੇ ਖੜੇ ਕਰ ਦਿੱਤੀ ਉਸੇ ਤਰੀਕੇ ਦੇ ਨਾਲ ਜਿਵੇਂ ਕਿ ਅਸੀਂ ਦਿੱਲੀ ਦੇ ਨਾਲ ਲੜਦੇ ਪਏ ਆ ਅਸੀਂ ਇਸ ਲੜਾਈ ਨੂੰ ਚੰਡੀਗੜ੍ਹ ਦੇ ਨਾਲ ਪੰਜਾਬ ਸਰਕਾਰ ਜਿਹਨੂੰ ਕਿ ਪੰਜਾਬ ਦੇ ਹਿੱਤਾਂ ਦੀ ਇਸ ਵੇਲੇ ਰਾਖੀ ਕਰਨ ਲਈ ਮੂਰੇ ਆਉਣਾ ਚਾਹੀਦਾ ਇਹ ਆਪ ਉਸੇ ਤਰੀਕੇ ਨਾਲ ਲੱਗੇ ਹੋਏ ਫਰਕ ਸਿਰਫ ਇੰਨਾ ਵੀ ਜਿਹੜੇ ਦਿੱਲੀ ਦੇ ਕਾਨੂੰਨ ਆਏ ਐ ਉਹਦੇ ਵਿੱਚ ਸਾਡੀਆਂ ਜ਼ਮੀਨਾਂ ਜਿਹੜੀਆਂ ਆ ਉਹਦੇ ਵਿੱਚ ਸ਼ਾਇਦ ਕੰਟਰੈਕਚੁਅਲ ਫਾਰਮਿੰਗ ਲਈ ਜਾਣਗੀਆਂ ਤੇ ਜਿਹੜੇ ਪੰਜਾਬ ਸਰਕਾਰ ਦੇ ਹਮਲੇ ਆ ਉਹਦੇ ਵਿੱਚ ਪੱਕੇ ਤੌਰ ਤੇ ਫਰੀ ਹੋਲਡ ਜਿਹੜੀਆਂ ਸਾਡੀਆਂ ਚਾਹੇ ਸ਼ਾਮ ਲਟਾਂ ਆ ਪਿੰਡਾਂ ਦੀਆਂ ਜ਼ਮੀਨਾਂ ਜਾਂ ਸਾਡੀ ਪੰਜਾਬ ਦੇ ਕਿਸਾਨ ਦੀ ਮਾਲਕੀ ਦੀਆਂ ਜ਼ਮੀਨਾਂ ਆ ਪੱਕੇ ਤੌਰ ਤੇ ਪੰਜਾਬ ਵਿਰੋਧੀ ਲੋਕ ਜਿਹੜੇ ਪਹਿਲਾਂ ਹੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਬਹੁਤ ਜ਼ਿਆਦਾ ਘਾਣ ਕੀਤਾ ਆ ਉਹਨਾਂ ਦੇ ਹੱਥ ਵਿੱਚ ਜਾਣ ਦੀ ਜਿਹੜੀ ਆ ਤਿਆਰੀ ਜਿਹੜੀ ਆ ਸ਼ੁਰੂ ਹੋ ਗਈ ਆ ਮੈਂ ਉਸ ਸ਼ਹਿਰ ਤੋਂ ਆਉਣਾ ਲੁਧਿਆਣਾ ਜਿਹਦੇ ਤੇ ਬਹੁਤ ਵੱਡਾ ਘਾਣ ਜਿਹੜਾ ਉਹਦਾ ਇਲਜ਼ਾਮ ਲੱਗਦਾ ਆ ਮੈਂ ਉੱਥੇ ਰਹਿਣਾ ਆ ਮੇਰਾ ਬਰਥ ਮੇਰਾ ਮਾਲਪੁਰ ਦਾ ਆ ਪਰ ਅਸੀਂ ਰਹੇ ਲੁਧਿਆਣਾ ਹੀ ਆ ਬਹੁਤ ਨੇੜੇੋਂ ਲੁਧਿਆਣੇ ਨੂੰ ਦੇਖਿਆ ਔਰ ਲੁਧਿਆਣੇ ਦੇ ਵਿੱਚ ਇੱਕ ਵੱਖਰੇ ਕਿਸਮ ਦਾ ਅਤਵਾਦ ਜਿਹੜਾ ਆ ਉਹ ਪਨਪਦਾ ਰਿਹਾ ਜਿਨ੍ਹਾਂ ਦਾ ਨਾਂ ਤੇ ਉਹਨਾਂ ਤੇ ਇਲਜ਼ਾਮ ਲੱਗਿਆ ਨਾ ਕਿਸੇ ਅਖਬਾਰ ਨੇ ਲਿਖਿਆ ਨਾ ਕਦੇ ਬਹੁਤ ਸਹੀ ਸਟੀਕ ਤਰੀਕੇ ਦੇ ਨਾਲ ਮੀਡੀਆ ਨੇ ਦਿਖਾਇਆ ਸਾਡੇ ਲੁਧਿਆਣੇ ਦੇ ਅਤਵਾਦੀ ਉਹ ਨਰੰਗਣੇ ਇਹ ਕੈਮੀਕਲ ਨਾਲ ਰੰਗਣ ਵਾਲੇ ਅਸੀਂ ਇਹ ਇੰਡਸਟਰੀ ਦੇ ਖਿਲਾਫ ਨਹੀਂ ਬਟ ਜੇ ਕੋਈ ਬੰਦਾ ਇੰਡਸਟਰੀ ਲਾ ਕੇ ਸਾਡੇ ਪੀਣ ਵਾਲੇ ਪਾਣੀ ਨੂੰ ਦਰਿਆਈ ਪਾਣੀ ਨੂੰ ਨਹਿਰੀ ਪਾਣੀ ਨੂੰ ਛਪੜਾਂ ਦੇ ਪਾਣੀ ਨੂੰ ਕੈਮੀਕਲ ਨਾਲ ਭਰ ਦਿੰਦਾ ਤੇ ਉਹਦੇ ਨਾਲ ਹਜ਼ਾਰਾਂ ਲੋਕਾਂ ਦਾ ਘਾਣ ਹੁੰਦਾ ਆ ਤੇ ਉਹ ਅੱਤਵਾਦ ਨਹੀਂ ਤੇ ਉਹ ਕੀ ਆ ਉਸ ਅੱਤਵਾਦ ਨੂੰ ਅਸੀਂ ਅੱਖੀਂ ਵੇਖਿਆ ਵੀ ਆ ਅੱਖੀਂ ਹੰਡਾਇਆ ਵੀ ਆ ਮਹਿਸੂਸ ਵੀ ਕੀਤਾ ਆ ਆਪਣੇ ਯਾਰ ਦੋਸਤ ਆਪਣੇ ਤੋਂ ਵਿਛੜਦੇ ਵੀ ਵੇਖੇ ਆ ਪਰ ਹੱਦ ਹੁਣ ਇਸ ਗੱਲ ਦੀ ਹੋਈ ਜਦੋਂ ਸਰਕਾਰਾਂ ਬਦਲਦੀਆਂ ਤੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਕਾਂਗਰਸ ਸਰਕਾਰ ਨੇ ਇੱਕ ਗ੍ਰੀਨ ਮੈਨੀਫੈਸਟੋ ਵੀ ਲਿਆਂਦਾ ਸੀ ਵੀ ਅਸੀਂ ਜਿਹੜਾ ਪਹਿਲਾਂ ਬਾਦਲਾਂ ਦੇ ਟਾਈਮ ਤੇ ਕਾਣ ਹੋਇਆ ਅਸੀਂ ਤੁਹਾਨੂੰ ਇਹਦਾ ਹੱਲ ਕਰਕੇ ਦਵਾਂਗੇ ਉਹਦਾ ਹੱਲ ਉਹਨਾਂ ਨੇ ਕਿਵੇਂ ਕੀਤਾ ਲੁਧਿਆਣੇ ਉਹ ਸਤਲੁਜ ਦੇ ਵਿੱਚ ਬੁੱਢਾ ਦਰਿਆ ਇੱਕ ਡੈੱਡ ਕਾਲਾ ਪਾਣੀ ਜਿਹਨੂੰ ਅਸੀਂ ਡੈੱਡ ਵਾਟਰ ਉਹਦੀ ਕੈਟਾਗਰੀ ਹੁੰਦੀ ਹੈ ਜਿਹਨੂੰ ਅਸੀਂ ਹੱਥ ਵੀ ਨਹੀਂ ਲਾ ਸਕਦੇ ਉਹ ਸਿੱਧਾ ਸਤਲੁਜ ਦੇ ਵਿੱਚ ਸੁੱਟ ਦਿੱਤਾ ਜਾਂਦਾ ਤੇ ਇੱਕ ਪੂਰੀ ਦੀ ਪੂਰੀ 400 ਕਿਊਸਿਕ ਰੋਜ਼ ਦਾ ਗਰਾਊਂਡ ਜੋ ਪਾਣੀ ਕੱਢ ਕੇ ਉਹਨਾਂ ਰੰਗ ਕੇ ਸਤਲੁਜ ਦੇ ਵਿੱਚ ਸੁੱਟ ਦਿੱਤਾ ਜਾਂਦਾ ਤੇ ਇਹ ਸਾਡਾ ਪੀਣ ਵਾਲਾ ਪਾਣੀ ਹੈ ਕਿਉਂਕਿ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਪਹਿਲਾਂ ਹੀ ਮੁੱਕ ਗਿਆ ਇਦੇ ਲਈ ਹੁਣੇ ਸਕੀਮਾਂ ਲਿਆਉਣ ਦੇ ਆ ਵੀ ਸਾਨੂੰ ਪੀਣ ਦੀ ਸਪਲਾਈ ਦੇਣੀ 3000 ਕਰੋੜ ਇੱਕ ਜ਼ਿਲ੍ਹੇ ਦੇ ਵਿੱਚ ਖਰਚ ਕੇ ਹੁਣ ਜਦੋਂ ਮੌਕਾ ਤਾਂ ਸੀ ਵੀ ਜਿਹੜੀ ਪ੍ਰੋਬਲਮ ਦੇ ਨਾਲ ਅਸੀਂ ਜੂਝਦੇ ਪਏ ਆਂ ਜਾਂ ਤੇ ਉਹ ਉਦਾਂ ਦੀ ਉਦਾਂ ਹੀ ਰਹਿ ਜਾਂਦੀ ਜਾਂ ਉਹਦਾ ਥੋੜਾ ਬਹੁਤਾ ਹੱਲ ਹੋ ਜਾਂਦਾ ਇਹਨਾਂ ਨੇ ਕੀ ਕੀਤਾ ਪੰਜਾਬ ਦੇ ਵਿੱਚ 3% ਜੰਗਲ ਬਚਿਆ ਉਹਦੇ ਚੋਂ ਇੱਕ ਬਹੁਤ ਮੱਤੇਵਾੜੇ ਦਾ ਜਿਹੜਾ ਜੰਗਲ ਆ ਮੈਨੂੰ ਲੱਗਦਾ ਆਪਣੇ ਆਪ ਦਾ 400 ਏਕੜ ਦੇ ਵਿੱਚ ਉਹ ਇੱਕੋ ਇੱਕ ਅਜਿਹਾ ਜੰਗਲ ਹੋਊਗਾ ਜਿਹੜਾ ਸਾਡੇ ਕੋਲੋਂ ਬਚਿਆ ਹੋਇਆ ਜੰਗਲ ਆ ਉਹ ਪੂਰੇ ਦੇ ਪੂਰੇ ਜੰਗਲ ਜਿਹੜੇ ਤਿੰਨ ਜੰਗਲ ਆ ਉਹਨਾਂ ਦੇ ਵਿੱਚ ਕੋਈ 1000 ਏਕੜ ਦੀ ਜ਼ਮੀਨ ਇਹਨਾਂ ਨੇ ਸਿੱਧੀ ਇੰਡਸਟਰੀ ਨੂੰ ਟਰਾਂਸਫਰ ਕਰਨ ਦੀ ਐਸ ਵੇਲੇ ਮੁਹਿੰਮ ਜਿਹੜੀ ਆ ਉਹ ਚਲਾ ਦਿੱਤੀ ਉਹਦੇ ਚੋਂ 500 ਏਕੜ ਦੀ ਰਜਿਸਟਰੀ ਕਰਾ ਦਿੱਤੀ ਜਿਹਦੇ ਤੇ ਜਿਹੜੀ ਪੀਏਸੀਏ ਦੇ ਵਿੱਚ ਪੰਜਾਬ ਦੀਆਂ ਕੋਈ 27 22 ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਵੀ ਅਸੀਂ ਇਹਦੇ ਤੇ ਲੜਾਈ ਲੜਾਂਗੇ ਉਹ ਅਸੀਂ ਜਾਰੀ ਵੀ ਰੱਖੀ ਹੋਈ ਹੈ ਬਟ ਉਹਦਾ ਕਾਰਨ ਕੀ ਸੀ ਉਹ ਇਹਨਾਂ ਨੇ ਕੀਤਾ ਕਿਉਂ ਕਿ ਬੁੱਢਾ ਦਰਿਆ ਵੀ ਦੀਦਾ ਸੀ ਤੇ ਪੱਟੀਆਂ ਵਾਲੀ ਡਰੇਨ ਵੀ ਦੀਦੀ ਸੀ ਇਹਨਾਂ ਨੇ ਇੱਕ ਨਵਾਂ ਕੰਮ ਕੀਤਾ ਵੀ ਆਪਾਂ ਇੱਕ ਜੰਗਲ ਜਿਹੜਾ ਆ ਉਹਦੇ ਵਿੱਚ ਜਿਹੜੀ ਜ਼ਮੀਨ ਆ ਉਹ ਸਿੱਧੀ ਸਤਲੁਜ ਨਾਲ ਲੱਗਦੀ ਆ ਵੀ ਇੱਥੇ ਸਿੱਧੀ ਇੰਡਸਟਰੀ ਲਾ ਦਈਏ ਹਾਲਾਂਕਿ ਜੇ ਉੱਥੇ ਇੰਡਸਟਰੀ ਲੱਗਦੀ ਆ ਉਹ ਸਾਡੇ ਲਈ ਉਹ ਵੀ ਮਾੜੀ ਆ ਕਿਉਂਕਿ ਉਹਦਾ ਕੈਮੀਕਲ ਜਿਹੜਾ ਸਿੱਧਾ ਸਤਲੁਜ ਚ ਪੈਣਾ ਤੇ ਜੇ ਨਾ ਲੱਗੀ ਉਹ 1000 ਏਕੜ ਦਾ ਟੱਕ ਸਿੱਧਾ ਦਾ ਸਿੱਧਾ ਫ੍ਰੀ ਹੋਲਡ ਕੁਝ ਕਾਰੋਬਾਰੀਆਂ ਦੇ ਹੱਥ ਤੇ ਜਾਣੋ ਆਪਾਂ ਹੁਣ ਨਹੀਂ ਰੋਕ ਸਕਦੇ ਲੜਾਈ ਜਾ ਰਹੀ ਹੈ ਜੋ ਵੀ ਰਿਜ਼ਲਟ ਆਊਗਾ ਗਾਂਧੀ ਗੱਲ ਆ ਬਟ ਗੱਲ ਇਹ ਆ ਵੀ ਕਰੋਨਾ ਦੇ ਸਮੇਂ ਤੇ ਜਦੋਂ ਪਹਿਲਾਂ ਹੀ ਲੋਕਾਂ ਦੇ ਕਿੱਤਿਆਂ ਦੇ ਉੱਤੇ ਹਮਲੇ ਹੋਏ ਆ ਉਹਨਾਂ ਦੀਆਂ ਜ਼ਮੀਨਾਂ ਲੈ ਲੈਣੀਆਂ ਤੇ ਬਹੁਤ ਵੱਡੀ ਮਾਤਰਾ ਵਿੱਚ ਆਉਣ ਵਾਲੇ ਟਾਈਮ ਦੇ ਲਈ ਕੈਂਸਰ ਦਾ ਇੱਕ ਹੋਰ ਡਰੇਨ ਸਤਲੁਜ ਦੇ ਵਿੱਚ ਦੇ ਦੇਣਾ ਇਹ ਕਿੱਥੋਂ ਦੀ ਸਿਆਣਪ ਸੀ ਸੋ ਜਿੱਥੇ ਸਾਨੂੰ ਮੌਜੂਦਾ ਇਸ ਵੇਲੇ ਦੇ ਹਾਲਾਤ ਨਾਲ ਲੜਨ ਦੀ ਲੋੜ ਆ ਦਿੱਲੀ ਦੀ ਸਰਕਾਰ ਦੇ ਹਮਲੇ ਦੇ ਨਾਲ ਲੜਨ ਦੀ ਲੋੜਿਆ ਉੱਥੇ ਸਾਨੂੰ ਇਹ ਵੀ ਖਿਆਲ ਰੱਖਣ ਦੀ ਲੋੜਿਆ ਕਈ ਵਾਰੀ ਜਦੋਂ ਇੱਕ ਸਰਕਾਰ ਮਾੜਾ ਫੈਸਲਾ ਲੈਂਦੀ ਆ ਤੇ ਪਹਿਲੀ ਸਰਕਾਰ ਨੂੰ ਐ ਲੱਗਣ ਲੱਗ ਜਾਂਦਾ ਵੀ ਤਿੰਨ ਮਾੜੇ ਹੋ ਗਏ ਹੁਣ ਸਾਡੀਓ ਹੀ ਸਰਕਾਰ ਰਹਿਣੀ ਆ ਤੇ ਸਾਡੀਓ ਹੀ ਵਾਰੀ ਰਹਿਣੀ ਆ ਸੋ ਇਸ ਕਰਕੇ ਮੈਂ ਸਭ ਸਾਰਿਆਂ ਨੂੰ ਔਰ ਦਿੱਲੀ ਨੂੰ ਵੀ ਦਿੱਲੀ ਵਾਲ ਨੂੰ ਮੂੰਹ ਕਰਕੇ ਬੜੀ ਪੰਜਾਬ ਦੇ ਵਿੱਚ ਹਲੀਮੀ ਰੱਖੀ ਦਿੱਲੀ ਤੇ ਫੇਰ ਸਾਡੇ ਨਾਲੋਂ 40-45 ਮੀਟਰ ਥੱਲੇ ਬੈਠੀ ਐ ਐਸਾ ਸੁਭਾਗ ਆ ਪੰਜਾਬ ਦੀ ਧਰਤੀ ਤੇ ਪਰ ਇਹ ਦਿੱਲੀ ਨੂੰ ਸਮਝਣ ਦੀ ਲੋੜਿਆ ਕਿ ਪੰਜਾਬ ਦੀ ਆਜ਼ਾਦੀ ਤੇ ਜਿਹੜੇ ਹਮਲੇ ਆ ਉਹ ਨਾ ਕੀਤੇ ਜਾਣ ਔਰ ਚੰਡੀਗੜ੍ਹ ਵਾਲਿਆਂ ਨੂੰ ਇਹ ਸਮਝਣ ਦੀ ਲੋੜ ਆ ਵੀ ਇਸ ਮੌਕੇ ਦਾ ਫਾਇਦਾ ਠਾ ਕੇ ਇਸ ਮਹੌਲ ਨੂੰ ਜਿਹਨੂੰ ਆਪਾਂ ਟੇਕਨ ਫਾਰ ਗਰੰਟੀਡ ਕਹਿ ਦਿੰਨੇ ਆ ਵੀ ਹੁਣ ਹੁਣ ਅਸੀਂ ਤੇ ਇਹਦੇ ਵਿੱਚੋਂ ਇਸ ਵੇਲੇ ਸਾਫ਼ ਬਾਜ ਜਾਗੇ ਤੇ ਜਿਹੜੀਆਂ ਸਾਡੀਆਂ ਚਲਾਕੀਆਂ ਆਆਂ ਉਹਦਾ ਕੋਈ ਫਰਕ ਨਹੀਂ ਪਊਗਾ ਤੇ ਇਹਦੇ ਤੋਂ ਸਾਨੂੰ ਇਸ ਮੋਰਚੇ ਦੇ ਰਾਹੀਂ ਮੈਂ ਆਪਣੀ ਗੱਲ ਕਹਿਣਾ ਚਾਹੁੰਨਾ ਵੀ ਇੱਥੇ ਇਸ ਇਨ੍ਹਾਂ ਹਮਲਿਆਂ ਦਾ ਵੀ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਔਰ ਦੂਸਰੀ ਗੱਲ ਲੁਧਿਆਣੇ ਦੇ ਵਿੱਚ ਜਿੰਨੀਆਂ ਸਾਡੀਆਂ ਆਲੇ-ਦੁਆਲੇ ਇਹ ਜ਼ਮੀਨਾਂ ਦੱਬ ਹੁੰਦੀਆਂ ਨੇ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਕਲੋਨੀਆਂ ਕੱਟ ਕੇ ਵੇਚਣ ਦਾ ਕੰਮ ਸ਼ੁਰੂ ਹੁੰਦਾ ਤੇ ਲੁਧਿਆਣੇ ਦਾ ਹਾਲ ਇਹ ਹੈ ਵੀ ਸਾਡੀਆਂ ਫੈਕਟਰੀਆਂ ਜਿੰਨਾ ਪਾਣੀ ਆ ਤੇ ਸੀਵਰ ਦਾ ਪਾਣੀ ਆ ਉਹ ਗਰਾਊਂਡ ਵਾਟਰ ਦੇ ਵਿੱਚ ਜਿਹੜਾ ਉਹ ਪਾ ਦਿੰਦੇ ਆ ਉਹ ਸਾਡੇ ਪੀਐਸਸੀ ਦੇ ਮੈਂਬਰਾਂ ਦੇ ਤੌਰ ਤੇ ਅਸੀਂ ਜਾ ਕੇ ਉੱਥੇ ਦੇਖਿਆ ਵੀ ਆ ਫੜੀਆਂ ਵੀ ਆ ਪਰ ਇਹ ਆ ਵੀ ਅਸੀਂ ਉਸ ਲੜਾਈ ਨੂੰ ਲੜਤਾ ਰਹੇ ਹੁੰਨੇ ਆ ਬਟ ਕਦੇ ਵੀ ਐ ਨਹੀਂ ਦੇਖਿਆ ਵੀ ਜਿਹੜਾ ਬੰਦਾ ਐਡਾ ਘਾਣ ਕਰਦਾ ਹੈ ਇੱਕ ਬੋਰਵੈਲ 10 ਕਿਲੋਮੀਟਰ ਦੇ ਪਾਣੀ ਨੂੰ ਗੰਦਾ ਕਰ ਸਕਦਾ ਤੇ ਸਾਡੇ 2-250 ਬੋਰਵੈਲ ਗੰਦੇ ਪਾਣੀ ਦੇ ਲਿਧਿਆਣੇ ਹੋਣਗੇ ਪਰ ਕਦੇ ਨਾ ਤਾਂ ਕਿਸੇ ਤੇ ਕੋਈ ਪਰਚਾ ਦਰਜ ਹੁੰਦਾ ਨਾ ਕਿਸੇ ਨੂੰ ਕੋਈ ਸਜ਼ਾ ਹੁੰਦੀ ਇਸ ਤੋਂ ਬਾਅਦ ਮੈਂ ਆਪਣੇ ਨਾਲ ਜਸਕੀਰਤ ਸਿੰਘ ਜੀ ਆਏ ਆ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਮੱਤੇਵਾੜੇ ਦਾ ਜਿਹੜਾ ਪਾਰਕ ਆ ਉਹਦੇ ਬਾਰੇ ਦੱਸਣਗੇ ਕਿਵੇਂ ਉਹ ਜ਼ਮੀਨ ਦੇ ਵਿੱਚ ਜਿਵੇਂ ਕਿਸੇ ਫੈਕਟਰੀ ਨੂੰ ਆਲੇ-ਦੁਆਲੇ ਦਰਖਤ ਲਾਉਣ ਦੀ ਲੋੜ ਹੁੰਦੀ ਆ ਉਹਦੇ 'ਚ ਕੰਡੀਸ਼ਨ ਹੁੰਦੀ ਆ ਪੰਜਾਬ ਸਰਕਾਰ ਨੇ ਕੀ ਕੀਤਾ ਵੀ ਸਾਡੇ ਬਣੇ-ਬਣਾਏ ਜੰਗਲ ਤਿੰਨ ਪਾਸੇ ਦੇ ਦਿੱਤੇ ਵੀ ਤੁਸੀਂ ਆਓ ਤੁਸੀਂ ਜ਼ਮੀਨ ਦੱਬੋ ਤੁਹਾਡੇ ਤੋਂ ਅੱਗੇ ਪਿੱਛੇ ਫਾਇਦੇ ਲੈਂਦਾ ਰਵਾਂਗੇ ਆਲੇ-ਦੁਆਲੇ ਦਰਖਤ ਵੈਸੇ ਲੱਗੇ ਹੋਏ ਐ ਔਰ ਜਿਹੜੀ ਨੌਕਰੀ ਆ ਉਹ ਸਾਡੇ ਪੰਜਾਬੀ ਨੂੰ ਤਾਂ ਲੁਧਿਆਣੇ ਅੱਗੇ ਵੀ ਨਹੀਂ ਮਿਲਦੀ ਜਦੋਂ ਕੋਈ ਆਪਣਾ ਬੰਦਾ ਐਡਰੈਸ ਦਿੰਦਾ ਉਹਨੂੰ ਉੱਥੋਂ ਹੀ ਨਾ ਕਰ ਦਿੰਦੇ ਆ ਔਰ ਇਹ ਗੱਲ ਕਰਦੇ ਵੀ ਪਹਿਲਾਂ ਜਿਹੜੀ ਇੰਡਸਟਰੀ ਉਹਦਾ ਬੜਾ ਫਾਇਦਾ ਹੋਊਗਾ ਇਹਨਾਂ ਕੋਲ ਅਸੀਂ ਜਦੋਂ ਡਾਟਾ ਮੰਗਿਆ ਵੀ ਕਿੰਨੇ ਕੁ ਪੰਜਾਬ ਦੇ ਬੰਦਿਆਂ ਨੂੰ ਪਹਿਲਾਂ ਲੁਧਿਆਣੇ ਦੀਆਂ ਫੈਕਟਰੀਆਂ 'ਚ ਨੌਕਰੀ ਮਿਲੀ ਐ ਸਾਡੇ ਕੋਲ ਇਹਨਾਂ ਸਰਕਾਰਾਂ ਕੋਲ ਉਹਦਾ ਵੀ ਕੋਈ ਰਿਕਾਰਡ ਹੈ ਨਹੀਂ ਸੋ ਇਹ ਜਿਹੜੀਆਂ ਇੰਡਸਟਰੀਅਲ ਪਾਰਕ ਆ ਇਹਦੇ ਤ ਇੱਕ ਪਾਸੇ ਦਰਿਆ ਆ ਸਾਡੇ ਲੋਕ ਇੱਥੋਂ ਵੀ ਉਜੜਣਗੇ ਬਿਮਾਰੀ ਕਰਕੇ ਬਠਿੰਡੇ ਤੱਕ ਹੋਰ ਜਗ੍ਹਾ ਤੇ ਵੀ ਉਜੜਣਗੇ ਔਰ ਇੱਕ ਸਭ ਤੋਂ ਜਿਹੜਾ ਆਖਰੀ ਹਮਲਾ ਜਿਹੜਾ ਸਾਡਾ ਵੋਟ ਦਾ ਹੱਕ ਰਹਿ ਗਿਆ ਆ ਕਿਉਂਕਿ ਇੱਕ ਫੈਕਟਰੀ ਲੱਗਣ ਦੇ ਨਾਲ 1000 ਬੰਦਾ ਬਾਹਰ ਆ ਜਾਂਦਾ ਤੇ ਸਾਡੇ ਤੇ ਇੱਕ ਪਿੰਡ ਦੀ ਉੱਥੇ ਜਿਹੜੀ ਵੋਟ ਆ ਉਹ 2250 ਹੁੰਦੀ ਆ ਉਹ ਚੋਂ 120 ਕੇ ਬੰਦਾ ਵੋਟ ਪਾਉਂਦਾ ਤੇ ਸਾਡਾ ਜਿਹੜਾ ਆਖਰੀ ਹੱਕ ਆ ਉਹ ਵੀ ਉਹਦੇ ਚ ਜਾਂਦਾ ਲੱਗਦਾ ਤੇ ਅਸੀਂ ਪੰਜਾਬ ਦੇ ਵਿੱਚ ਇੱਕ ਰਫੂਜੀ ਬਣ ਕੇ ਰਹਿ ਜਾਾਂਗੇ ਤੇ ਮੈਂ ਜਸਕੀਰਤ ਜੀ ਨੂੰ ਕਹਿਣਾ ਕਿ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਪਲੀਜ਼ ਕਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਤੇਵਾੜੇ ਦੇ ਜਿਹੜਾ ਪ੍ਰੋਜੈਕਟ ਲੱਗ ਰਿਹਾ ਉਹਦੇ ਉਹਦੇ ਵਾਤਾਵਰਣ ਦੇ ਪੱਖ ਦੀਆਂ ਇੱਕ ਦੋ ਗੱਲਾਂ ਮਤਲਬ ਸਾਂਝੀਆਂ ਕਰਨਾ ਚਾਹਨਾ ਉਹ ਇਸ ਕਰਕੇ ਬੜਾ ਜ਼ਰੂਰੀ ਹੈ ਕਿਉਂਕਿ ਪੰਜਾਬ ਦਾ ਜਿਹੜਾ ਵਾਤਾਵਰਣ ਹੈ ਉਹ ਪੰਜਾਬੀਆਂ ਦੀ ਸਿਹਤ ਦੇ ਉੱਤੇ ਬਹੁਤ ਅਸਰ ਕਰ ਰਿਹਾ ਹੈ ਅਸੀਂ ਕਹਿੰਦੇ ਆ ਕਿ ਚਿੱਟੇ ਕਰਕੇ ਲੋਕ ਮਰ ਗਏ ਨਸ਼ੇ ਕਰਕੇ ਮਰ ਰਹੇ ਹੈ ਗੋਲੀਆਂ ਨਾਲ ਮਾਰੇ ਗਏ ਪਰ ਇਹ ਜਿਹੜਾ ਪੀਣ ਵਾਲੇ ਪਾਣੀ ਦੇ ਵਿੱਚ ਕੈਮੀਕਲ ਮਿਲਾ ਕੇ ਜਿਹੜਾ ਇੱਕ ਹਮਲਾ ਕੀਤਾ ਜਾ ਰਿਹਾ ਜਿਸ ਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਇਹ ਸਾਡਾ ਮਾਲਵਾ ਬੈਲਟ ਜਿਹਨੂੰ ਅਸੀਂ ਕਹਿੰਨੇ ਆ ਦੱਖਣੀ ਪੰਜਾਬ ਦਾ ਇਲਾਕਾ ਬਠਿੰਡਾ ਮਾਨਸਾ ਉਹ ਉਹ ਵੀ ਤੇ ਨਾਲ ਅਗੋ ਰਾਜਸਥਾਨ ਵਿੱਚ ਜਿੱਥੇ ਅਗੋ ਪਾਣੀ ਜਾਂਦਾ ਇੱਕ ਕਰੋੜ ਤੋਂ ਵੱਧ ਮਨੁੱਖ ਇਸ ਪਾਣੀ ਨੂੰ ਪੀਂਦੇ ਆ ਜੇ ਤੁਸੀਂ ਪੀਣ ਵਾਲੇ ਪਾਣੀ ਦੇ ਵਿੱਚ ਕਿਤੇ ਜ਼ਹਿਰ ਮਿਲਾ ਦਿਓ ਤਾਂ ਉਹ ਉਹਨੂੰ ਅਸੀਂ ਕੋਈ ਵੱਡਾ ਜੁਰਮ ਨਾ ਮੰਨੀਏ ਔਰ ਇਹ ਇੱਕ ਕਾਰਵਾਈ ਪਿਛਲੇ 15-20 ਸਾਲ ਤੋਂ ਬੜੇ ਵੱਡੇ ਪੱਧਰ ਤੇ ਚੱਲ ਰਹੀ ਹੈ ਲੁਧਿਆਣੇ ਦਾ ਬੁੱਢਾ ਦਰਿਆ ਜਿਹੜਾ ਪੰਜਾਬ ਦੇ ਪ੍ਰਦੂਸ਼ਿਤ ਪਾਣੀਆਂ ਦਾ ਸਭ ਤੋਂ ਵੱਡਾ ਸਰੋਤ ਹੈ 90% ਪਾਣੀ ਦੀ ਪ੍ਰਦੂਸ਼ਣ ਜੇ ਅਸੀਂ ਦੇਖੀ ਜਾਈਏ ਤਾਂ ਉਹ ਬੁੱਢੇ ਦਰਿਆ ਕਰਕੇ ਹੁੰਦੀ ਹੈ ਉਹ ਤੇ ਸਾਫ਼ ਨਹੀਂ ਹੋ ਸਕਿਆ ਸਰਕਾਰਾਂ ਤੋਂ ਬਹੁਤ ਮਤਲਬ ਗੱਲਾਂ ਕਰਦੇ ਰਹਿ ਗਏ ਸਾਫ਼ ਕੁਝ ਨਹੀਂ ਕੀਤਾ ਲੋਕਾਂ ਦੀ ਸਿਹਤ ਨਾਲ ਖੇਡਦੇ ਰਹੇ ਲੋਕਾਂ ਦੀ ਸਿਹਤਾਂ ਦਾ ਬਹੁਤ ਨੁਕਸਾਨ ਹੋਇਆ ਕੈਂਸਰ ਟ੍ਰੇਨ ਚੱਲਣ ਲੱਗ ਗਈ ਬਟਿੰਡੇ ਤੋਂ ਤੇ ਹੁਣ ਮੱਤੇਵਾੜੇ ਦੇ ਵਿੱਚ ਜਿਹੜਾ ਟੈਕਸਟਾਈਲ ਪਾਰਕ ਲੱਗਣ ਜਾ ਰਿਹਾ ਜਿਹਦੀ ਹੁਣੇ ਆਪਣੇ ਵੀਰ ਜੀ ਨੇ ਗੱਲ ਕੀਤੀ ਹੈ ਉਹ ਜਿਹੜੀ ਪਹਿਲੇ ਇੱਕ ਸਮੱਸਿਆ ਦਾ ਹੱਲ ਨਹੀਂ ਕੱਢ ਸਕੇ ਉਹਨੂੰ ਦੁੱਗਣਾ ਕਰਨ ਦੀ ਤਿਆਰੀ ਹੈ ਮਤਲਬ ਜਿਹੜੇ ਸਤਲੁਜ ਵਿੱਚ ਅਸੀਂ ਬੁੱਢਾ ਦਰਿਆ ਪਾ ਰਹੇ ਸੀ ਹੁਣ ਸਿੱਧਾ ਉਹ ਸਤਲੁਜ ਦੇ ਉੱਤੇ ਮੱਤੇਵਾੜਾ ਜੋ ਕਿ ਲੁਧਿਆਣੇ ਤੋਂ 12-15 ਕਿਲੋਮੀਟਰ ਦੀ ਦੂਰੀ ਤੇ ਹੈ ਉੱਥੇ 1000 ਏਕੜ ਦੇ ਵਿੱਚ ਇੰਡਸਟਰੀ ਲੱਗੂਗੀ ਉਹ ਵੀ ਟੈਕਸਟਾਈਲ ਇੰਡਸਟਰੀ ਉਹਨੂੰ ਲਗਾਉਣ ਦੀ ਪੂਰੀ ਤਿਆਰੀ ਹੈ ਜ਼ਮੀਨਾਂ ਐਕਵਾਇਰ ਹੋ ਚੁੱਕੀਆਂ ਹੈ ਸਾਡੀ ਜਥੇਬੰਦੀ ਜਿੱਥੋਂ ਤੱਕ ਸੰਘਰਸ਼ ਕਰ ਰਹੀ ਹੈ ਅਸੀਂ ਐਨਜੀਟੀ ਵੱਲ ਮੂੰਹ ਕੀਤਾ ਹੁਣ ਬਾਕੀ ਸਾਰੀਆਂ ਲੜਾਈਆਂ ਇੱਥੋਂ ਜਿੰਨੀਆਂ ਹੋ ਸਕਦੀਆਂ ਸੇ ਅਸੀਂ ਕਰ ਲਤੀਆਂ ਇੱਕ ਲੀਗਲ ਇੱਕ 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 ਵਕਾਲਤ ਜਿਹੜਾ ਕਹਿ ਲਿਆ ਜਾਂ ਇੱਕ 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 ਇਨਸਾਫ ਦਾ ਅਸੀਂ ਕੁੰਡਾ ਖੜਕਾ ਰਹੇ ਆ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਦਾ ਜਿਹੜੀ ਦਿੱਲੀ ਦੀ ਇੱਕ ਵਾਤਾਵਰਨ ਦੀ ਅਦਾਲਤ ਹੈ ਕਿ ਇਹਨੂੰ ਇਹਦੇ ਤੋਂ ਬਚਾਇਆ ਜਾਵੇ ਪੰਜਾਬ ਨੂੰ ਉਹਦੇ ਵਿੱਚ ਕਿਉਂਕਿ ਸਤਲੁਜ ਦੇ ਬਿਲਕੁਲ ਕੰਢੇ ਤੇ ਇੰਡਸਟਰੀ ਲੱਗਣਾ ਉਹਦੇ ਆਲੇ ਦੁਆਲੇ ਇੱਕੋ ਇੱਕ ਜਿਹੜਾ ਜਿਹੜਾ ਸੈਂਟਰ ਪੰਜਾਬ ਦਾ ਹੈਗਾ ਉਹਦੇ ਵਿੱਚ ਇੱਕੋ ਇੱਕ ਜੰਗਲ ਬਚਿਆ ਮੱਤੇਵਾੜੇ ਦਾ ਜੰਗਲ ਇਹ ਤਕਰੀਬਨ ਕੋਈ 4000 ਏਕੜ ਦਾ ਜੰਗਲ ਹੈ ਉਹਦੇ ਵਿੱਚੋਂ ਵਿਚਕਾਰ ਬਿਲਕੁਲ ਤਿੰਨ ਪਾਸੇ ਜੰਗਲ ਚੌਥੇ ਪਾਸੇ ਦਰਿਆ ਪੀਣ ਵਾਲੇ ਪਾਣੀ ਦਾ ਉਹਦੇ ਵਿੱਚ ਇੰਡਸਟਰੀ ਲਗਾਈ ਜਾ ਰਹੀ ਹੈ ਤੇ ਇਹਦਾ ਜਿਹੜਾ ਨੁਕਸਾਨ ਆਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਹੁਤ ਹੋਏਗਾ ਤੇ ਸਾਨੂੰ ਪੰਜਾਬੀਆਂ ਨੂੰ ਇੱਕ ਇਹਦੇ ਵਾਸਤੇ ਵੀ ਹਮਲਾ ਮਾਰਨਾ ਚਾਹੀਦਾ ਜਿੱਥੇ ਕਿਸਾਨੀ ਵਾਸਤੇ ਜੋ ਆਪਾਂ ਗੱਲ ਕਰਦੇ ਆ ਕਿ ਬਿੱਲ ਬਿਨਾ ਪੁੱਛੇ ਲਿਆਂਦੇ ਬਿਨਾ ਪੁੱਛੇ ਕਿਸੇ ਦੇ ਉੱਤੇ ਥੋਪ ਦਿੱਤੇ ਗਏ ਉਹੀ ਗੱਲ ਇੱਥੇ ਵੀ ਹੋਣ ਜਾ ਰਹੀ ਹੈ ਕਿ ਗੱਲ ਨੂੰ ਸਮਝੇ ਬਿਨਾ ਕਿ ਉਹਦਾ ਫਾਇਦਾ ਕੀ ਹੋਊਗਾ ਨੁਕਸਾਨ ਕੀ ਹੋਊਗਾ ਲੋਕਾਂ ਦੀ ਸਿਹਤ ਦਾ ਕੀ ਬਣੂਗਾ ਇਹ ਇੱਕ ਪਾਸ ਕਰ ਦਿੱਤਾ ਗਿਆ ਕਿ ਇੱਥੇ ਇੰਡਸਟਰੀ ਦਾ ਪਾਰਕ ਲੱਗੂਗਾ ਉੱਥੇ ਜਿਹੜੀ ਇੰਡਸਟਰੀ ਲੱਗਣੀ ਲੱਗੂਗੀ ਪੀਣ ਵਾਲਾ ਪਾਣੀ ਜਿੱਥੇ ਜਾਂਦਾ ਜਾਵੇ ਪੰਜਾਬੀਆਂ ਦੀ ਸਿਹਤ ਜਿੱਥੇ ਜਾਂਦੀ ਜਾਵੇ ਮੇਰਾ ਖਿਆਲ ਹੈ ਇਹਦੇ ਵਾਸਤੇ ਵੀ ਸਾਨੂੰ ਜਿਹੜਾ ਹੈ ਉਹ ਤਕੜੇ ਹੋ ਕੇ ਸਰਕਾਰਾਂ ਤੋਂ ਸਵਾਲ ਪੁੱਛਣ ਦੀ ਲੋੜ ਹੈ ਤੇ ਸਰਕਾਰਾਂ ਨਾਲ ਟੱਕਰ ਲੈਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ